ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਦੇਖਦੇ ਪਏ ਹੋ ਮੁਰਤਜ਼ਾ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਮੁਹੰਮਦ। ਜਿਸ ਤਰੀਕੇ ਤੁਹਾਨੂੰ ਪਤਾ ਹੈ ਕਿ ਵੀਰਾਂ ਅਤੇ ਦੋਸਤਾਂ ਵਾਸਤੇ ਵੀਡੀਓ ਲੈ ਕੇ ਆਈ ਦੀ ਹਰ ਰੋਜ਼ ਮਾਝ ਦੀ, ਅੱਜ ਵੀ ਵੀਡੀਓ ਲੈ ਕੇ ਆਏ ਹਾਂ। ਸਾਰਿਆਂ ਤੋਂ ਪਹਿਲੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈਲ ਆਈਕੋਨ ਦੇ ਬਟਨ ਨੂੰ ਪ੍ਰੈਸ ਕਰਨਾ, ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ। ਅਤੇ ਆਪਣਾ ਰਾਬਤਾ ਨੰਬਰ ਜਨਾਬ 0348-0067-8468। ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਮਾਝ ਦੀਆਂ ਕਰਾ ਦਿਓ ਤਸੱਲੀਆਂ, ਅਤੇ ਨਾਲੇ ਮੈਂ ਮਾਲਕ ਨਾਲ ਕਰਨਾ ਕੋਈ ਗੱਲਬਾਤ। ਆਓ ਭਾਅ ਜਾਨ, ਕੈਮਰਾਮੈਨ ਸਾਹਿਬ ਤਸੱਲੀ ਕਰਾ ਦਿਓ। ਆਹ ਚਿੱਟੀ ਪੁਰਸ਼ ਜਨਾਬ ਬਿਲਕੁਲ ਬਰੀਕ ਖੱਬੇ ਦਾ ਹਵਾਨਾ, ਮਾਸ਼ਾਅੱਲਾ ਮੁੱਠ ਭਰ ਥਾਣ ਵਿਰਲਾ ਵੇਖੋ, ਮਾਸ਼ਾਅੱਲਾ ਸੋਹਣੀ ਅਤੇ ਖੂਬਸੂਰਤ ਮੱਝ ਹੈ, ਕਾਲੀ ਸਿਆਹ ਮੱਝ ਹੈ, ਮਾਸ਼ਾਅੱਲਾ ਹੀਰਾ ਹੀ ਹੈ ਮੱਝ ਘਰ। ਕੈਮਰਾਮੈਨ ਸਾਹਿਬ ਚਾਰ ਸਪੇਰੋ ਤਸੱਲੀ ਕਰਾਓ ਮੱਝ ਦੀ। ਲਓ ਜੀ, ਤੁਸੀਂ ਮੱਝ ਹੀ ਵੇਖੋ ਅਤੇ ਮੱਝ ਦੀ ਕਰੋ ਤਸੱਲੀ, ਅਤੇ ਮੈਂ ਕਰਦਾ ਮਾਲਕ ਨਾਲ ਗੱਲ। ਅਸਲਾਮ ਵਾਲੇਕੁਮ ਭਾਅ ਜਾਨ, ਕੀ ਨਾਂ ਹੈ ਜਨਾਬ? ਰੱਬ ਨਵਾਜ਼। ਰੱਬ ਨਵਾਜ਼, ਤੁਸੀਂ ਇਹ ਦੱਸਣਾ ਕਿ ਮੱਝ ਕਿਨਵੇਂ ਸੂਏ? ਦੂਜੇ ਸੂਏ। ਦੂਸਰੇ ਸੂਏ? ਹਾਂਜੀ। ਇਹਦੇ ਮਗਰ ਕੱਟੀ ਹੈ ਜਾਂ ਕੱਟਾ? ਕੱਟੀ ਆ ਉਹ। ਅੱਛਾ, ਉਹ ਕੱਟੀ ਹੈ ਜਨਾਬ। ਮੈਂ ਇਹ ਕਰ ਯਾਰ ਮਾਲਕ। ਠੀਕ ਹੈ, ਠੀਕ ਹੈ। ਕੈਮਰਾਮੈਨ ਸਾਹਿਬ ਤਸੱਲੀ ਕਰਾ ਦਿਓ, ਹਵਾਨੇ ਦੀ ਤਸੱਲੀ ਕਰਾਓ, ਥਣਾਂ ਦੀ ਤਸੱਲੀ ਕਰਾਓ, ਮੱਝ ਨੂੰ ਚਾਰ ਸਵੇਰੋ ਵਿਖਾਓ। ਛੋਟੇ ਛੋਟੇ ਕੰਨ ਨੇ ਮਾਸ਼ਾਅੱਲਾ ਮੱਝ ਦੇ, ਛੱਡਦੇ ਨੇ ਖੁੱਲ੍ਹੇ। ਖੋਲ੍ਹ ਦਿਓ, ਖੋਲ੍ਹ ਦਿਓ, ਕੋਈ ਨਹੀਂ, ਟੁਰਨ ਦਿਓ ਮੱਝ, ਇਹਨੂੰ ਟੋਰੋ ਫਿਰੇ ਥੋੜ੍ਹਾ ਜਿਹਾ। ਲਓ ਜੀ, ਮੱਝ ਟੁਰਨ ਟੁਰਦੀ ਵੀ ਵੇਖ ਲਓ। ਇੱਧਰ ਲਿਆਓ ਭਾਅ ਜਾਨ ਇਹਨੂੰ ਅੱਗੇ ਮੈਦਾਨ 'ਚ। ਚੱਲ ਠੀਕ, ਲੈ ਇਹਦਾ ਬੱਚੇ ਵੀ ਲੈ ਕੇ ਆਓ ਭਾਈ ਜਾਨ, ਅਤੇ ਨਾਲੇ ਇੱਧਰ ਆਓ ਇਹਦਾ ਕੀ ਹਿਸਾਬ ਕਿਤਾਬ। ਲਓ ਜੀ, ਆਇਆ ਤਾਂ ਮਗਰ ਕੱਟੀ 'ਚ ਲੈ ਇੱਧਰ ਲੈ। ਲਓ ਜੀ, ਆਇਆ ਇਹਦਾ ਬੱਚਾ ਜੋ ਭਾਈ, ਤੁਸੀਂ ਆਪ ਹੀ ਦੱਸਣਾ ਕੱਟੀ ਹੈ ਜਾਂ ਕੱਟਾ? ਕੱਟੀ ਹੈ। ਕੱਟੀ ਹੈ, ਕਿੰਨੇ ਦਿਨ ਹੋ ਗਏ ਸੂਏ ਨੂੰ? ਸੂਈ ਨੂੰ ਹੋ ਗਏ 20 ਦਿਨ। ਲਓ ਜੀ, 20 ਦਿਨ ਹੋ ਗਏ ਸੂਈ ਨੂੰ, ਅਤੇ ਮਗਰ ਇਹਦੇ ਕੱਟੀ ਹੈ, ਅਤੇ ਭਾਈ ਜਾਨ ਇਹਦਾ ਉਹ ਹੀ ਦੁੱਧ ਦੱਸਣਾ ਜਿਹੜਾ ਆਪਾਂ ਚੋ ਕੇ ਅਗਲੇ ਵਿਖਾ ਦਈਏ। ਹਾਂਜੀ, ਇੱਕ ਟਾਈਮ ਦਾ ਵੀ ਦੱਸਣਾ, ਫਿਰ ਦੋ ਤਿੰਨ ਟਾਈਮਾਂ ਦਾ ਪੂਰਾ ਵੀ ਦੱਸਣਾ। ਹਾਂਜੀ, ਇੱਕ ਟਾਈਮ ਦਾ ਕਿੰਨਾ ਦੁੱਧ? ਇੱਕ ਟਾਈਮ ਦਾ ਇਹਦਾ ਦੁੱਧ ਹੈ 8 ਕਿਲੋ। ਇੱਕ ਟਾਈਮ ਦਾ 8 ਕਿਲੋ ਦੁੱਧ ਹੈ, ਅਤੇ ਪੂਰੇ ਦੇ2 ਟਾਈਮ ਦਾ 16 ਕਿਲੋ 16 ਲੀਟਰ ਦੁੱਧ ਹੈ ਜਨਾਬ ਗੜਵੀ ਮਾਰ ਤੇ ਇੱਕ ਗੜਵੀ ਮਾਰ ਕੇ ਕੋਈ 98 ਵਿੱਚ ਬਾਹਰ ਨਹੀਂ ਹੈਗਾ ਕੋਈ ਕੁਛ ਨਹੀਂ ਹੈਗਾ ਹੁਣ ਤੁਸੀਂ ਇਹ ਫਾਈਨਲ ਜੀ ਗੱਲ ਦੱਸਣੀ ਹੈ ਤਾਂ ਕਿ ਜਿਹੜਾ ਆਪਾਂ ਪਿਆਰ ਮੁਹੱਬਤ ਵਿੱਚ ਕਰਕੇ ਇਹ ਫਾਈਨ
88 ਮਿਲਦੇ ਹਾਂ ਅਗਲੀ ਵੀਡੀਓ 'ਚ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।